ਦੇਸ਼ ਭਰ ਦੇ ਹੋਟਲ ਮਾਲਕਾਂ ਨੇ ਆਨਲਾਈਨ ਕੰਪਨੀਆਂ ਨਾਲ ਆਰ ਪਾਰ ਦੀ ਲੜਾਈ ਦਾ ਫੈਸਲਾ ਕੀਤਾ। ਇਹ ਐਲਾਨ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਤੀਸ਼ ਅਰੋੜਾ ਨੇ ਮਲੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤੀਸ਼ ਅਰੋੜਾ ਨੇ ਕਿਹਾ ਕਿ ਹੋਟਲ ਬੁਕਿੰਗ ਦਾ ਕੰਮ ਕਰ ਰਹੀ ਆਨਲਾਈਨ ਕੰਪਨੀ ਓਏ ਵੱਲੋਂ ਉਹਨਾਂ ਦੇ ਕਿੱਤੇ ਨਾਲ ਧੋਖਾ ਕੀਤਾ ਜਾ ਰਿਹਾ, ਉੱਥੇ ਹੀ ਗਾਹਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਇਸ ਹਰਾਸਮੈਂਟ ਕਰਕੇ ਪੂਰੇ ਦੇਸ਼ ਦੇ ਹੋਟਲ ਉਦਯੋਗ ਨਾਲ ਜੁੜੇ ਵਪਾਰੀਆਂ ਨੇ ਫੈਸਲਾ ਕੀਤਾ ਕਿ ਉਹ ਓਯੋ ਨਾਲ ਕੋਈ ਵਾਸਤਾ ਨਹੀਂ ਰੱਖਣਗੇ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਕਥਿਤ ਧੋਖਾਧੜੀ ਵਿਰੁੱਧ ਕਾਨੂੰਨੀ ਲੜਾਈ ਲੜਨਗੇ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਕੰਪਨੀਆਂ ਦਾ ਰਿਕਾਰਡ ਚੈੱਕ ਕਰਕੇ ਬੈਲੈਂਸ ਕੰਪਨੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ ਅਤੇ ਅਜਿਹਾ ਕਾਨੂੰਨ ਬਣਾਇਆ ਜਾਵੇ ਤਾਂ ਜੋ ਸਾਰਾ ਕੰਮ ਪਾਰਦਰਸ਼ੀ ਤਰੀਕੇ ਨਾਲ ਹੋ ਸਕੇ। ਅੱਜ ਦੀ ਇਹ ਪੰਜਾਬ ਹੋਟਲ ਐਸੋਸੀਏਸ਼ਨ ਦੀ ਇੱਕ ਇੰਪੋਰਟੈਂਟ ਮੀਟਿੰਗ, ਇੱਕ ਔਨਲਾਈਨ ਕੰਪਨੀ ਓਯੋ ਕੰਪਨੀ ਨੂੰ ਜਿਹਦੇ ਨਾਲ ਔਨਲਾਈਨ ਰੂਮ ਦੀ ਬੁਕਿੰਗ ਹੁੰਦੀ ਹੈ, ਉਹਦੀ ਚੀਟਿੰਗ ਨੂੰ ਲੈ ਕੇ 420 ਨੂੰ ਲੈ ਕੇ ਉਹ ਕੰਪਨੀ ਜਿਹੜੀ ਓਯੋ ਕੰਪਨੀ ਹੈ ਹੋਟਲੀਅਰ ਨੂੰ ਹਰਾਸਮੈਂਟ ਕਰ ਰਹੀ ਹੈਗੀ ਹੈ, ਤਾਂ ਉਹਦੇ ਵਿਰੋਧ ਨੂੰ ਲੈ ਕੇ ਸਾਰੇ ਪੰਜਾਬ ਦੇ ਹੋਟਲੀਅਰ ਨੇ ਫੈਸਲਾ ਕੀਤਾ ਹੈ ਕਿ ਓਯੋ ਦੀ ਬੁਕਿੰਗ ਟੋਟਲੀ ਬੰਦ ਕੀਤੀ ਜਾਏਗੀ। ਔਰ ਸੈਂਟਰਲ ਗੌਰਮੈਂਟ ਆਫ ਇੰਡੀਆ ਤੋਂ ਪੰਜਾਬ ਹੋਟਲ ਐਸੋਸੀਏਸ਼ਨ ਡਿਮਾਂਡ ਕਰਦੀ ਹੈ ਵੀ ਜਿੰਨੀ ਵੀ ਔਨਲਾਈਨ ਕੰਪਨੀਜ਼ ਹੈ ਇਹਨਾਂ ਦਾ ਸਾਰਾ ਰਿਕਾਰਡ ਦੇਖਿਆ ਜਾਵੇ, ਚੈੱਕ ਕੀਤਾ ਜਾਵੇ ਕਿ ਇਹ ਕੰਪਨੀਆਂ ਔਨਲਾਈਨ ਰਜਿਸਟਰਡ ਵੀ ਹੈ ਕਿ ਨਹੀਂ। ਸੋ ਐਸੋਸੀਏਸ਼ਨ ਡਿਮਾਂਡ ਕਰਦੀ ਹੈ ਵੀ ਜਿੰਨੀਆਂ ਵੀ ਔਨਲਾਈਨ ਕੰਪਨੀਆਂ ਹੈ ਇਹਨਾਂ ਦੀ ਰਜਿਸਟ੍ਰੇਸ਼ਨ ਕਰਕੇ ਰੱਦ ਕੀਤੀ ਜਾਏ ਅਤੇ ਸੈਂਟਰਲ ਗੌਰਮੈਂਟ ਆਫ ਇੰਡੀਆ ਇੱਕ ਨਵੀਂ ਪੋਲਿਸੀ ਬਣਾਏ ਜਿਹਦੇ 'ਚ ਪੂਰੀ ਟਰਾਂਸਪੇਰੈਂਸੀ ਹੋਵੇ, ਉਹਦੇ 'ਚ ਜਿਹੜਾ ਕਮਿਸ਼ਨ ਨੂੰ ਲੈ ਕੇ ਆ ਵਨ ਨੇਸ਼ਨ ਵਨ ਕਮਿਸ਼ਨ ਸਿਸਟਮ ਬਣਾਇਆ ਜਾਏ। ਅਸੀਂ ਇਹਨਾਂ ਦੀ ਔਨਲਾਈਨ ਬੁਕਿੰਗ ਤਾਂ ਬੰਦ ਹੀ ਕਰ ਚੁੱਕੇ ਹਾਂ ਤਾਂ ਨੈਚੁਰਲੀ ਇਹਨਾਂ ਦੇ ਖਿਲਾਫ਼ ਅਸੀਂ ਲੀਗਲ ਬੈਟਲ ਦੀ ਵੀ ਪਲੈਨਿੰਗ ਕਰ ਰਹੇ ਹਾਂ, ਲੀਗਲ ਨੋਟਿਸ ਇਹਨਾਂ ਨੂੰ ਭੇਜ ਰਹੇ ਹਾਂ ਅਸੀਂ। ਆਗੂਆਂ ਨੇ ਬਿਜਲੀ ਦੇ ਵਧਾਏ ਰੇਟਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਿਵੇਂ ਆਪਣੇ ਮੈਨੀਫੈਸਟੋ ਵਿੱਚ ਵੋਟਾਂ ਤੋਂ ਪਹਿਲਾਂ 5 ਰੁਪਏ ਯੂਨਿਟ ਦਾ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ 10 ਰੁਪਏ ਰੇਟ ਕਰਕੇ ਉਹਨਾਂ ਦੀ ਲੁੱਟ ਕੀਤੀ ਜਾ ਰਹੀ ਹੈ। 2017 ਦੇ ਮੈਨੀਫੈਸਟੋ 'ਚ ਕਾਂਗਰਸ ਨੇ ਕਮਿਟਮੈਂਟ ਕੀਤੀ ਸੀ ਵੀ ਜਿਹੜਾ ਇੰਡਸਟਰੀ ਨੂੰ ਪਾਵਰ ਟੈਰਿਫ ਹੈ ਅਸੀਂ ਇੰਡਸਟਰੀਅਲ ਯੂਨੀਅਨ 5 ਰੁਪਏ ਦੇਵਾਂਗੇ। ਸੋ ਉਹਦੇ ਨਾਲ ਸਾਡੇ ਨਾਲ ਬੈਠ ਕੇ ਇਹਨਾਂ ਨੇ ਮੀਟਿੰਗ ਕੀਤੀ ਸੀ, ਕਮਿਟਮੈਂਟ ਕੀਤੀ ਸੀਗੀ। ਉਸ ਵੇਲੇ ਜਿਹੜਾ ਬਿਜਲੀ ਦਾ ਰੇਟ 6 ਰੁਪਏ 80 ਪੈਸੇ ਸੀਗਾ ਅਤੇ ਜਦੋਂ ਇਹਨਾਂ ਨੇ ਕਿਹਾ ਸੀ ਵੀ 5 ਰੁਪਏ ਦੇਵਾਂਗੇ, ਬਟ ਬੜੀ ਸ਼ਰਮ ਦੀ ਗੱਲ ਹੈ ਸਾਨੂੰ ਅੱਜ 5 ਰੁਪਏ ਦੀ ਜਗ੍ਹਾ 10 ਰੁਪਏ ਪਾਵਰ ਯੂਨਿਟ ਪੇ ਕਰਨਾ ਪੈ ਰਿਹਾ। ਔਰ ਪਿਛਲੇ ਅਸੀਂ 2-2.5 ਸਾਲਾਂ ਤੋਂ ਲਗਾਤਾਰ ਇਸ ਸਰਕਾਰ ਨਾਲ ਲਾਇਜ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਈ ਲੈਟਰ ਲਿਖ ਚੁੱਕੇ ਹੈਗੇ ਹਾਂ ਪਰ ਸਾਨੂੰ ਉਹਦਾ ਕੋਈ ਰਿਪਲਾਈ ਨਹੀਂ ਮਿਲ ਰਿਹਾ। ਅੱਜ ਸਾਨੂੰ 10 ਰੁਪਏ ਯੂਨਿਟ ਜਿਹੜਾ ਸਾਡਾ ਇੰਡਸਟਰੀ ਨੂੰ ਬਹੁਤ ਵੱਡਾ ਸੈੱਟਬੈਕ, ਇੱਕ ਡੈਂਟ ਹੈ। ਤੁਸੀਂ ਇਸ ਸੰਬੰਧ 'ਚ ਸੀਐਮ ਸਾਹਿਬ ਤੱਕ ਪਹੁੰਚ ਕਰਨ ਦੀ ਗੱਲ ਤੁਸੀਂ ਕੀਤੀ ਹੈ ਜਾਂ ਕੈਬਨਿਟ ਕੋਈ ਮਿਨਿਸਟਰ ਨਾਲ ਤੁਹਾਡੀ ਗੱਲ ਹੋਈ ਹੈ ਜਾਂ ਵੈਸੇ ਹੀ ਆਪਾਂ? ਅਸੀਂ ਸੀਐਮ ਸਾਹਿਬ ਨੂੰ ਵੀ ਲਿਖ ਚੁੱਕੇ ਹਾਂ, ਪਾਵਰ ਮਿਨਿਸਟਰ ਨੂੰ ਵੀ ਲਿਖ ਚੁੱਕੇ ਹਾਂ, ਸੈਕਟਰੀ ਜਿਹੜੇ ਪਾਵਰਸ ਹੈਗੇ ਉਹਨਾਂ ਨੂੰ ਵੀ ਲਿਖ ਚੁੱਕੇ ਹੈਗੇ, ਸਭ ਨੂੰ ਅਸੀਂ ਲੈਟਰ ਲਿਖ ਚੁੱਕੇ ਹੈਗੇ ਹਾਂ। ਸਿੱਧੀ ਕੋਈ ਤੁਹਾਡੀ ਗੱਲਬਾਤ? ਸਿੱਧੀ ਸਰ ਟਾਈਮ ਨਹੀਂ ਦਿੱਤਾ ਜਾਂਦਾ, ਸੀਐਮ ਸਾਹਿਬ ਦਾ ਟਾਈਮ ਕਿਸੇ ਨੂੰ ਨਹੀਂ ਦਿੱਤਾ ਜਾਂਦਾ। ਟੋਟਲੀ ਉਹਨਾਂ ਦਾ ਰਵੱਈਆ ਜਿਹੜਾ ਨੈਗੇਟਿਵ ਐਟੀਚਿਊਡ ਹੈ ਇੰਡਸਟਰੀ ਦੇ ਪ੍ਰਤੀ, ਟ੍ਰੇਡ ਦੇ ਪ੍ਰਤੀ ਕੋਈ ਉਹਨਾਂ ਦਾ ਐਟੀਚਿਊਡ ਜ਼ਿਆਦਾ ਵਧੀਆ ਨਹੀਂ ਹੈ, ਬਿਲਕੁਲ ਟਾਈਮ ਨਹੀਂ ਦਿੱਤਾ ਜਾਂਦਾ ਸਾਨੂੰ। ਇੱਕ ਹੋਟਲ ਇੰਡਸਟਰੀ ਦੇ GST ਤੋਂ ਬਾਅਦ ਵੀ ਕੋਈ ਟੈਕਸ ਲਾਇਆ? ਹਾਂਜੀ, ਜਿੱਥੇ ਸੈਂਟਰ ਗੌਰਮੈਂਟ ਆਫ ਇੰਡੀਆ ਨੇ ਕਿਹਾ ਸੀ ਵਨ ਨੇਸ਼ਨ ਵਨ ਟੈਕਸ ਵੀ ਪੂਰੇ ਦੇਸ਼ 'ਚ ਇੱਕੋ GST ਲੱਗੂਗਾ, ਫਿਰ ਪੰਜਾਬ ਸਰਕਾਰ ਸਾਨੂੰ ਫਿਰ 10 ਸਾਲ ਪਿੱਛੇ ਲੈ ਗਈ ਹੈ। ਉਹਨਾਂ ਨੇ ਐਕਸਾਈਜ਼ ਦੇ ਉੱਪਰ
ਵਿਸਕੀ ਤੇ ਬਾ ਬੀਅਰ ਦੇ ਉੱਪਰ ਅੱਜ ਫਿਰ ਵੈਟ ਲਗਾਤਾ ਹੈਗਾ, ਉਹਦੇ ਨਾਲ ਸਾਨੂੰ ਦੁਬਾਰਾ ਤੋਂ ਨੰਬਰ ਲੈਣੇ ਪੈ ਰਹੇ ਹੈ, ਵੈਟ ਦਾ ਅਲੱਗ ਤੋਂ ਅਕਾਊਂਟ ਹੋ ਰਿਹਾ ਹੈਗਾ, ਸਾਨੂੰ ਉਹਦੇ ਨਾਲ ਬਹੁਤ ਦਿੱਕਤਾਂ ਆ ਰਹੀਆਂ ਔਰ ਸਾਨੂੰ ਕੰਪੀਟ ਕਰਨਾ ਵੀ ਮੁਸ਼ਕਿਲ ਹੋ ਰਿਹਾ। ਸੋ ਉਹਦੇ ਨਾਲ ਸਾਰੇ ਬਾਰ ਕ੍ਰਾਈਸਿਸ 'ਚ ਆ ਗਏ ਹੈ, ਜਾਂ ਇਹ ਕਹਿ ਲਓ ਵੀ ਬੰਦ ਹੋਣ ਦੀ ਕਗਾਰ 'ਤੇ ਆ ਚੁੱਕਿਆ ਬਾਰ ਸਾਰੇ। ਸਰ ਮੁਕਾਬਲਾ ਕਰਨਾ ਕੋਈ ਮੁਸ਼ਕਿਲ ਨਹੀਂ ਹੈ, ਕਿਉਂਕਿ ਸਾਡੇ ਹੋਟਲੀ ਕੋਲ ਕਲਾਇੰਟਿਜ ਹੈ ਜਿਹੜੀ, ਉਹ ਓਯੋ ਕੰਪਨੀ ਹੈ, ਕਿੱਥੋਂ ਬਣੀ ਹੈ, ਉਹ ਸਾਡੇ ਤੋਂ ਹੀ ਬਣੀ ਹੈ, ਹੋਟਲੀਅਰ 'ਚੋਂ ਨਿਕਲੀ ਹੈ, ਜੇ ਅੱਜ ਉੱਥੇ ਪਹੁੰਚੀ ਹੈ ਤਾਂ ਸਾਡੇ ਐਫਰਟਸ ਨਾਲ ਹੀ ਪਹੁੰਚੀ ਹੈ। ਜੇ ਅਸੀਂ ਉਹ ਕੰਪਨੀਆਂ ਨੂੰ ਇੰਨੀ ਉੱਚੀ ਪਹੁੰਚਾ ਸਕਦੇ ਹਾਂ ਤਾਂ ਅਸੀਂ ਆਪਣੇ ਐਪ ਵਾਸਤੇ ਵੀ ਕੰਮ ਕਰ ਸਕਦੇ ਹਾਂ। ਸਿਰਫ ਤਾਂ ਪ੍ਰੋਬਲਮ ਤਾਂ ਇਹ ਕਲਾਇੰਟਿਜ ਦੀ ਹੈ ਨਾ ਜੀ, ਕਲਾਇੰਟਿਜ ਸਾਡੇ ਕੋਲ ਹੈਗੀ, ਅਸੀਂ ਕ੍ਰੀਏਟ ਕਰਾਂਗੇ, ਐਪ ਬਣੇਗਾ ਔਰ ਸਕਸੈਸ ਹੋਏਗਾ। ਇਸ ਮੌਕੇ ਉਹਨਾਂ ਨਾਲ ਹੋਟਲ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਅਨਿਲ ਠਾਕੁਰ, ਬਠਿੰਡਾ ਪ੍ਰਧਾਨ ਜੇ ਐੱਸ ਬਾਵਾ ਫਰੀਦਕੋਟ ਦੇ ਦਵਿੰਦਰ ਸੰਧੂ, ਮੋਹਾਲੀ ਦੇ ਡੀ ਕੇ ਅਰੋੜਾ, ਸਤਨਾਮ ਸਿੰਘ ਮਾਨਸਾ, ਦਵਿੰਦਰ ਸਿੰਘ ਅਬੋਹਰ ਅਤੇ ਮਲੋੜ ਦੇ ਪ੍ਰਧਾਨ ਓਮ ਪ੍ਰਕਾਸ਼ ਚਾਨਣਾ ਨੇ ਆਪਣੇ ਵਿਚਾਰ ਰੱਖੇ।